ਮੇਰੇ ਦੋਸਤੋ ਅਤੇ ਵੀਰੋ ਭਰਾਓ, ਅੱਜ ਮੈਂ ਤੁਹਾਨੂੰ ਬਹੁਤ ਵਧੀਆ ਅਤੇ ਇਹ ਕਹਿ ਸਕਦੇ ਹਾਂ ਬਈ ਹਕੀਮੀ ਦਾ ਸਿਰੇ ਦਾ ਇੱਕ ਤਜਰਬਾ ਅਤੇ ਨੁਸਖਾ ਦੱਸ ਰਿਹਾ ਜਿਹਦਾ ਨਾਂ ਹੈ ਤਾਂਬੇ ਦਾ ਭਸਮ। ਹਾਂ ਦੋਸਤੋ, ਆਹ ਵੇਖੋ, ਆਹ ਤਾਂਬੇ ਦਾ ਬੁਰਾਦਾ ਹੈ ਜਿਹਨੂੰ ਅਸੀਂ ਸ਼ੁੱਧ ਕਰਕੇ ਰਗੜਿਆ ਹੋਇਆ। ਇਹ ਬਿਲਕੁਲ ਸੋਨਾ ਗੋਲਡਨ ਵਾਂਗੂ ਚਮਕਦਾ ਪਿਆ। ਜੇ ਉਂਝ ਕਿਸੇ ਨੂੰ ਆਹ ਰਗੜੇ ਦਿਖਾਈਏ ਤਾਂ ਕਹੇਗਾ ਵਾਕਿਆ ਇਹ ਨਾ ਪੂਰਾ ਸੋਨਾ ਹੀ ਆ। ਦੋਸਤੋ, ਇਹਦੇ ਵਾਸਤੇ ਕੀ ਕਰਨਾ ਪੈਂਦਾ? ਅਗਰ ਤੁਸੀਂ ਭਸਮ ਬਣਾਉਣੀ ਹੋਵੇ ਤਾਂ ਮੈਂ ਤੁਹਾਨੂੰ ਇਸ ਕਰਕੇ ਹੀ ਇਹ ਵੀਡੀਓ ਬਣਾ ਲੱਗਾ ਕਿ ਮੇਰੇ ਦੋਸਤ ਸ਼ਾਇਦ ਯੂਟਿਊਬ 'ਤੇ ਜਾਂ ਉਂਝ ਬੜੇ ਦੇਖਦੇ ਹੋਣ ਵੀ ਤਾਂਬਾ ਭਸਮ ਤਾਂਬਾ ਭਸਮ ਤਾਂਬਾ ਭਸਮ ਬਣਾਉਣ ਵਾਸਤੇ ਦੋਸਤੋ ਇੱਕ ਹੀ ਵਿਧੀ ਨਹੀਂ ਹੈਗੀਆਂ, ਇੱਕ ਹੀ ਤਜਰਬਾ ਨਹੀਂ ਹੈਗਾ। ਹਰ ਹਕੀਮ ਵੈਦ ਦਾ ਆਪਣਾ ਆਪਣਾ ਤਜਰਬਾ ਹੈ ਅਤੇ ਮੈਂ ਆਪਣੇ ਤਜਰਬੇ ਦੇ ਅਨੁਸਾਰ ਤੁਹਾਨੂੰ ਘੱਟ ਤੋਂ ਘੱਟ 20 ਤਜਰਬੇ ਤਾਂ ਦੱਸ ਸਕਦਾ ਜਿਹੜਾ ਹਰ ਇੱਕ ਭਰਾ ਬਣਾ ਸਕਦਾ ਹੈ। ਜਿਹੜਾ ਐਸੇ ਤਜਰਬੇ ਦੱਸਾਂਗਾ ਆਪ ਜਿਹੜੇ ਵੀਰ ਆਪਣੇ ਆਪ ਵੀ ਬਣਾ ਸਕਦੇ ਆ ਅਤੇ ਉਹਨਾਂ ਵਾਸਤੇ ਦੋਸਤੋ ਅਸੀਂ ਤੁਸੀਂ ਕੀ ਕਰਨਾ ਹੈ ਵੀ ਇੱਕ ਪੁਰਾਣੇ ਰੁਪਈਏ ਲੈਣੇ ਆ, ਤਾਂਬੇ ਦੇ ਰੁਪਈਏ। ਪਹਿਲੇ ਪੈਸੇ ਆਪਣੇ ਦੇਸ਼ 'ਚ ਇੰਡੀਆ 'ਚ ਵੱਧ ਹੁੰਦੇ ਹਨ, ਹੁਣ ਵੀ ਕਿਤੇ ਕਿਤੇ ਮਿਲ ਜਾਂਦੇ ਆ ਅਤੇ ਉਹਦੇ ਵਾਸਤੇ ਇਹ ਰੁਪਈਏ ਲਿਆ ਕੇ ਪਹਿਲਾਂ ਗਰਮ ਪਾਣੀ 'ਚ ਉਬਾਲ ਕੇ ਨਿੰਬੂ ਵਾਲੇ ਪਾਣੀ ਗਰਮ ਪਾਣੀ ਕਰਕੇ ਉਹਦੇ 1-2 ਨਿੰਬੂ ਨਿਚੋੜ ਕੇ ਉਹਦੇ ਨਾਲ ਅਸੀਂ ਇਹਨਾਂ ਨੂੰ 15-20 ਮਿੰਟ ਤੱਕ ਉਬਾਲੀਦਾ। ਉਬਾਲ ਕੇ ਇਹਨਾਂ ਉੱਤੋਂ ਮਿੱਟੀ ਜਿਹੜੀ ਆ ਉਹ ਹੋ ਜਾਂਦੀ ਉਤਰ ਜਾਏ, ਫਿਰ ਸਾਫ਼ ਸੁਥਰੇ ਚਿੱਟੇ ਦਿਖਣ ਲੱਗ ਜਾਂਦੇ ਨੇ ਚਮਕਦਾਰ। ਉਸ ਤੋਂ ਬਾਅਦ ਭਾਜੀ ਤੁਸੀਂ ਕੀ ਕਰਨਾ, ਇੱਕ ਅੱਕ ਹੁੰਦਾ ਜਿਹਦੀ ਮੈਂ ਵੀਡੀਓ ਪਹਿਲਾਂ ਵੀ ਪਾਈ ਹੈ ਅਤੇ ਅੱਗੇ ਵੀ ਅੱਕ ਦੀ ਮੈਂ ਪਹਿਚਾਣ ਫੇਰ ਕਰਾਵਾਂਗਾ ਕਿਉਂਕਿ ਲਾਈਫ ਜਦੋਂ ਮੈਂ ਵੀਡੀਓ ਬਣਾਵਾਂਗਾ ਤੰਜਾਬਾ ਤਾਂਬਾ ਭਸਮ ਦੀ ਅਤੇ ਜਾਂ ਹੋਰ ਵੀ ਬੜੀਆਂ ਭਸਮਾਂ ਅੱਕ ਦੇ ਵਿੱਚ ਬਣਦੀਆਂ। ਉਹ ਅੱਕ ਦਾ ਅਸੀਂ ਦੁੱਧ ਕੱਢ ਕੇ ਲਿਆਉਣਾ ਅਤੇ ਉਹ ਦੁੱਧ ਲਿਆ ਕੇ ਫਿਰ ਆਹ ਰੁਪਈਏ ਨੂੰ ਕਿਸੇ ਚਿਮਟੇ ਨਾਲ ਫੜ ਲਓ ਜਾਂ ਕਿਸੇ ਐਸੀ ਚੀਜ਼ ਨਾਲ ਜਿਹਦੇ ਹੱਥ ਦੂਰ ਹੋਵੇ, ਅੱਗ ਦੇ ਉੱਤੇ ਬਿਲਕੁਲ ਲਾਲ ਸੂਆ ਕਰਕੇ ਗਰਮ, ਜਦੋਂ ਕਰਕੇ ਲਾਲ ਜਿਹਾ ਹੋ ਜਾਂਦਾ ਯਾਨੀ ਪੂਰਾ ਗਰਮ ਹੋ ਜਾਵੇ, ਫਿਰ ਇਹਨੂੰ ਇੰਜ ਜਿੱਦਾਂ ਬਰਤਨ 'ਚ ਦੁੱਧ ਹੋਵੇ ਤਾਂ ਉਹਦੇ ਵਿੱਚ ਇੰਜ ਡੁਬੋ ਦਈਦਾ। ਇਹ ਡੁੱਬ ਕੇ ਫਿਰ ਠੰਡਾ ਹੋ ਜਾਂਦਾ, ਇਹਨੂੰ ਫਿਰ ਅੱਗ 'ਤੇ ਗਰਮ ਕਰੋ, ਫਿਰ ਉਹਦੇ 'ਚ ਡੁੱਬੋ ਅੱਗ ਦੇ ਦੁੱਧ 'ਚ, ਫਿਰ ਗਰਮ ਕਰੋ, ਫਿਰ ਅੱਗ ਦੇ ਦੁੱਧ ਵਿੱਚ ਠੰਡਾ ਕਰੀ ਚੱਲੋ। ਯਾਨੀ ਅੱਗ ਦੇ ਗਰਮ ਕਰ ਕਰਕੇ ਅਤੇ ਅੱਗ ਦੇ ਦੁੱਧ ਵਿੱਚ ਇਹਨੂੰ ਪਾ ਕੇ ਅਤੇ ਫਿਰ ਇਹ ਇਹਨੂੰ ਕਹਿੰਦੇ ਨੇ ਸ਼ੁੱਧ ਕਰਨਾ ਜਾਂ ਸ਼ੋਧਣਾ। ਇਹਨੂੰ ਫਿਰ ਦੋਸਤੋ ਅਸੀਂ ਕੀ ਕਰਦੇ ਹਾਂ ਬਈ ਘੱਟ ਤੋਂ ਘੱਟ 51 ਵਾਰ, ਅਤੇ ਜੇ ਬਹੁਤ ਵਧੀਆ ਤੁਸੀਂ ਚਾਹੁੰਦੇ ਹੋ ਵੀ ਜੇ ਤੁਹਾਡੇ ਕੋਲ ਟਾਈਮ ਹੋਵੇ ਕਿ ਭਰਾਵਤ ਉਹ 100 ਵਾਰੀ ਅਸੀਂ ਤਾਂ ਆਪਣੇ ਹਿਸਾਬ ਨਾਲ ਇਹਨੂੰ 100 ਵਾਰੀ ਅੱਕ ਦੇ ਦੁੱਧ ਵਿੱਚ ਡੁਬੋਈਦਾ ਗਿਣ ਗਿਣ ਕੇ। ਸੋ ਦੋਸਤੋ ਇਹ ਅਸੀਂ ਸ਼ੋਧੇ ਹਨ 10-15 ਰੁਪਈਏ ਕਿਉਂਕਿ ਸਾਨੂੰ 5-6 ਦਿਨ ਤਾਂ ਦੁੱਧ ਕੱਢਣ 'ਚ ਲੱਗ ਗਏ। ਰੋਜ਼ ਸਵੇਰੇ ਸਵੇਰੇ ਅਸੀਂ ਦੁੱਧ ਲੈਣ ਜਾਂਦੇ ਹਾਂ 3-4 ਜਣੇ, ਅਤੇ ਕਿਉਂਕਿ ਦੁੱਧ 8-10 ਸਿੱਕਿਆਂ ਤੋਂ ਬਾਅਦ ਹੀ ਇੰਨਾ ਗਰਮ ਹੋ ਜਾਂਦਾ, ਫਿਰ ਉਹ ਸੋਧਦਾ ਨਹੀਂ, ਫਿਰ ਹੋਰ ਦੁੱਧ ਪਾਉਣਾ ਪੈਂਦਾ ਅਤੇ ਜਾਂ ਰੁਕਣਾ ਪੈਂਦਾ ਉਹਨੂੰ ਠੰਡਾ ਹੋਣ ਲਈ। ਇਸ ਕਰਕੇ ਅਸੀਂ 2 ਰੁਪਈਏ ਵਿੱਚੋਂ ਰੱਖੇ ਹਨ ਬਸ ਦੋਸਤਾਂ ਨੂੰ ਵਿਖਾਉਣ ਵਾਸਤੇ। ਅਤੇ ਕੀ ਕਰਨਾ ਤੁਸੀਂ, ਇਹ ਤਾਂ ਹੋ ਗਈ ਇਹ ਰੁਪਈਏ ਨੂੰ ਸ਼ੁੱਧ ਕਰਨ ਦੀ ਤਕਰੀਬ ਤਜਰਬਾ। ਉਸ ਤੋਂ ਬਾਅਦ ਤੁਸੀਂ ਕਰਨਾ ਰੁਪਈਏ ਨੂੰ ਇੱਕ ਰੇਤੀ ਲੈਣੀ, ਰੇਤੀ ਦੇ ਉੱਤੇ ਆਹ ਰੁਪਈਏ ਨੂੰ ਫੜ ਕੇ ਪਲਾਸ ਦੇ ਨਾਲ ਅਸੀਂ ਇੰਜ ਘਸਾ ਲਈਦਾ। ਘਸਾ ਕੇ ਫਿਰ ਦੋਸਤੋ ਆਪਣਾ ਬਿਲਕੁਲ ਸੋਨੇ ਵਰਗਾ ਇਹੋ ਜਿਹਾ ਬੁਰਾਦਾ ਬਣ ਜਾਂਦਾ ਹੈ। ਹਾਂ, ਜਿੱਦਾਂ ਵੀ ਰੁਪਈਏ ਦਾ ਬੁਰਾਦਾ ਬਣਾ ਲਿਆ। ਇਹ ਬੁਰਾਦੇ ਨੂੰ ਅਸੀਂ ਕੀ ਕਰਨਾ, ਇੱਕ ਕਾਗਜ਼ੀ ਨਿੰਬੂ ਲਿਆਉਣੇ ਨੇ ਜਿਨ੍ਹਾਂ ਦਾ ਛਿਲਕਾ ਪਤਲਾ ਜਿਹਾ ਹੁੰਦਾ ਉਹਨਾਂ ਨੂੰ ਕਾਗਜ਼ੀ ਨਿੰਬੂ ਕਹਿੰਦੇ ਨੇ, ਇੱਕ ਦੇਸੀ ਨਿੰਬੂ ਹੁੰਦੇ ਨੇ ਆਪਣੇ, ਇੱਕ ਕਾਗਜ਼ੀ ਹੁੰਦੇ। ਜਿਹੜੇ ਕਾਗਜ਼ੀ ਨਿੰਬੂ ਲੈ ਕੇ ਇਸ ਬੁਰਾਦੇ ਨੂੰ ਇੰਜ ਦੋਸਤੋ ਇਹੋ ਜਿਹੀ ਇੱਕ ਖਰਲ ਵਿੱਚ ਪਾ ਕੇ ਇੰਜ ਬੁਰਾਦਾ ਪਾ ਲਿਆ। ਬੁਰਾਦਾ ਤੁਸੀਂ ਲੈਣਾ 10 ਗ੍ਰਾਮ ਤੋਂ 5 ਗ੍ਰਾਮ ਤੱਕ। ਅਸੀਂ ਮੈਂ ਤੁਹਾਨੂੰ ਤਜਰਬਾ ਜਿਹੜਾ ਦੱਸੂੰਗਾ ਅਤੇ 10 ਗ੍ਰਾਮ
ਤਾਂਬੇ ਦੀ ਭਸਮ ਵਾਸਤੇ ਦੱਸੂੰਗਾ। ਅਸੀਂ 10 ਗ੍ਰਾਮ ਤਾਂਬੇ ਦੀ ਭਸਮ ਪਾ ਕੇ ਐਜ ਖਰਲ ਦੇ ਵਿੱਚ ਉਹਦੇ ਵਿੱਚ ਨਿੰਬੂ ਦਾ ਰਸ ਕੱਢ ਕੇ ਅਤੇ ਜਿਹਨੂੰ ਕੱਪੜੇ 'ਚ ਸਾਫ਼ ਕਰ ਲੈਣਾ, ਯਾਨੀ ਕਿ ਉਹਦੇ ਤੰਤੂ ਜੇ ਨਾ ਆਉਣ, ਉਹ ਥੋੜ੍ਹਾ ਥੋੜ੍ਹਾ ਇਹਦੇ 'ਚ ਪਾਈ ਜਾਣਾ ਅਤੇ ਇਹਨਾਂ ਨੂੰ ਇੰਝ ਇੰਝ ਹਿਲਾਈ ਜਾਣਾ, ਯਾਨੀ ਕਿ ਖਰਲ ਕਰੀ ਜਾਣਾ, ਰਗੜ ਕਰੀ ਜਾਣੀ ਇਹਨੂੰ, ਰਗੜ ਜਾਣਾ ਅਤੇ ਫਿਰ ਉਹਦੇ 'ਚੋਂ ਜਿੱਦਾਂ ਰਸ ਸੁੱਕਦਾ ਜਾਵੇ ਉਹਨਾਂ ਰਸ ਪਾਈ ਜਾਣਾ ਅਤੇ ਰਗੜੀ ਜਾਣਾ ਇਹਨੂੰ 3-4 ਘੰਟੇ ਤੱਕ। ਦੋਸਤੋ 4 ਘੰਟੇ ਤੱਕ ਆਪਾਂ ਉਹਨੂੰ ਰਗੜਾਈ ਕਰਨਾ ਅਤੇ ਨਿੰਬੂ ਦਾ ਰਸ ਪਾਈ ਜਾਣਾ। ਫਿਰ ਬਾਅਦ 'ਚੋਂ ਇਹ ਜਿਹੜਾ ਤਾਂਬਾ ਹੈ ਅਤੇ ਇਹ ਨਿੰਬੂ ਦੇ ਰਸ ਦੇ ਨਾਲ ਆਪਸ 'ਚ ਚਿਪਕ ਜਾਏਗਾ। ਫਿਰ ਇਹਨੂੰ ਅਸੀਂ ਵੱਖਰਾ ਰੱਖ ਲੈਣਾ। ਉਸ ਤੋਂ ਬਾਅਦ ਦੋਸਤੋ ਕੀ ਕਰਨਾ, 1 ਤੋਲਾ ਪਾਰਾ ਲਿਆਉਣਾ, 1 ਤੋਲਾ ਪਾਰਾ। ਆਪਣੇ ਇੰਡੀਆ 'ਚ ਸ਼ਾਇਦ ਜਿਹੜਾ 100 ਤੋਂ ਲੈ ਕੇ 200 ਦੇ ਵਿੱਚ 1 ਤੋਲਾ ਮਿਲਦਾ ਹੈ, ਉਹ ਆਪਾਂ 10 ਤੋਲੇ 10 ਗ੍ਰਾਮ ਜੇ ਆਪਣੇ ਕੋਲ ਤਾਂਬੇ ਦਾ ਬੁਰਾਦਾ ਹੈ ਉਹਦੇ 'ਚ 1 ਤੋਂ 1.5 ਤੋਲੇ ਤੱਕ ਆਪਾਂ ਪਾਰਾ ਲਿਆ ਕੇ ਉਹ ਪਾਰੇ ਨੂੰ ਵੀ ਅਸੀਂ ਖਰਲ ਦੇ ਵਿੱਚ ਪਾਉਣਾ। ਖਰਲ ਦੇ ਵਿੱਚ ਪਾ ਕੇ ਉਹ ਪਾਣੀ ਜਿਹਾ ਹੁੰਦਾ, ਮੈਂ ਜਦੋਂ ਲਾਈਵ ਵੀਡੀਓ ਬਣਾਊਂਗਾ ਤੁਹਾਨੂੰ ਸਾਰਾ ਕੁਛ ਵਿਖਾਊਂਗਾ। ਉਹਦੇ ਵਿੱਚ ਫਿਰ ਨਿੰਬੂ ਦਾ ਰਸ ਪਾ ਕੇ ਅਤੇ ਉਹਨੂੰ 4 ਘੰਟੇ ਖਰਲ ਕਰਨਾ। ਨਿੰਬੂ ਦਾ ਰਸ ਥੋੜ੍ਹਾ ਥੋੜ੍ਹਾ ਪਾਈ ਚੱਲੋ, ਖਰਲ ਕਰੀ ਚੱਲੋ, ਐਨ 4 ਘੰਟਿਆਂ ਬਾਅਦ ਜਦੋਂ ਉਹ ਨਿੰਬੂ ਪਾਰਾ ਵੀ ਖਰਲ ਹੋ ਜਾਵੇ, ਰਗੜਿਆ ਜਾਵੇ, ਉਸ ਤੋਂ ਬਾਅਦ ਜਿਹੜਾ ਆਪਾਂ ਤਾਂਬਾ ਖਰਲ ਕਰਕੇ ਰੱਖਿਆ ਹੋਇਆ ਨਿੰਬੂ ਦੇ ਰਸ 'ਚ ਉਹ ਵੀ ਉਹਦੇ ਵਿੱਚ ਪਾ ਕੇ ਅਤੇ ਦੋਨਾਂ ਨੂੰ 4 ਘੰਟੇ ਫਿਰ ਰਗੜਾਈ ਕਰਨੀ। ਇਹ 212 ਘੰਟਿਆਂ ਦੀ ਰਗੜਾਈ ਹੋ ਜਾਂਦੀ ਹੈ। ਉਸ ਤੋਂ ਬਾਅਦ ਉਹਦੀ 1 ਗੋਲੀ ਜੀ ਬਣਾ ਲਓ, ਤਾਂਬੇ ਦੀ ਗੋਲੀ ਜੀ ਬਣਾ ਕੇ ਫਿਰ ਉਹਨੂੰ ਵੀਰੋ ਪਾਸੇ ਰੱਖ ਲੈਣਾ। ਇਹਦੇ ਵਿੱਚ 3-4 ਦਿਨਾਂ ਦਾ ਟਾਈਮ ਲੱਗ ਜਾਂਦਾ। ਉਸ ਤੋਂ ਬਾਅਦ ਵੀਰ ਜੀ ਤੁਸੀਂ ਕੀ ਕਰਨਾ, 5-6 ਤੋਲੇ ਤੱਕ ਗੰਧਕ ਲਿਆਉਣੀ ਹੈ। ਉਹ ਗੰਧਕ ਨੂੰ ਵੀ ਲਿਆ ਕੇ ਅਤੇ ਖਰਲ ਦੇ ਵਿੱਚ ਪਾ ਕੇ, ਗੰਧਕ ਨੂੰ ਖਰਲ ਵਿੱਚ ਪਾ ਕੇ ਉਹਦੇ ਨੂੰ ਵੀ ਕਾਗਜ਼ੀ ਨਿੰਬੂ ਦੇ ਰਸ ਨਾਲ ਰਗੜਾਈ ਕਰੀ ਜਾਣਾ। ਐਂ ਜਿਹਾ ਰਗੜ ਕੇ ਉਹਦੇ ਵੀ 3 ਘੰਟੇ 2 ਘੰਟੇ ਲੱਗ ਜਾਣ, ਤੁਹਾਨੂੰ 3 ਘੰਟੇ ਲੱਗ ਜਾਣ। ਉਹ ਜਦੋਂ ਐਨ ਇੱਕ ਜਾਨ ਖਰਲ ਪਤਲੀ ਜੀ ਹੋ ਜਾਵੇ, ਯਾਨੀ ਕਿ ਸਾਰੀ ਬਰੀਕ ਜਿਹਾ ਆਟਾ ਜਿਹਾ ਬਣ ਕੇ ਅਤੇ ਗੁੰਦਿਆ ਜਿਹਾ ਵਰਗਾ ਬਣ ਜਾਵੇ, ਤਾਂ ਉਹਨੂੰ ਗੁੰਨ ਜੀ ਕੇ ਇੱਕ ਟਿੱਕੀ ਜੀ ਬਣਾ ਲੈਣੀ ਹੈ। ਐਂ ਟਿੱਕੀ ਜੀ ਬਣਾ ਕੇ ਉਹਦੇ ਵਿੱਚ ਆ ਜਿਹੜਾ ਆਪਾਂ ਤਾਂਬਾ ਬਣਾਇਆ ਉਹ ਰੱਖ ਕੇ ਅਤੇ ਉਹਨੂੰ ਬੰਦ ਕਰ ਦੇਣਾ। ਯਾਨੀ ਕਿ ਜਿਹੜੀ ਗੰਧਕ ਆਪਾਂ ਨਿੰਬੂ 'ਚ ਬਣਾਈ ਹੈ ਉਹਦੇ ਵਿੱਚ ਜਿਹੜਾ ਪਹਿਲਾ ਪਾਰਾ ਅਤੇ ਤਾਂਬਾ ਰਗੜਿਆ ਉਹ ਉਹਦੇ ਵਿੱਚ ਅਸੀਂ ਰਗੜ ਕੇ ਅਤੇ ਉਹਨੂੰ ਗੋਲੀ ਜੀ ਬਣਾ ਲੈਣੀ, ਉਹਦੇ ਵਿੱਚ ਆ ਜਾਏ, ਯਾਨੀ ਕਿ ਤਾਂਬਾ ਚਾਰੋਂ ਪਾਸੇ ਗੰਧਕ ਆ ਜਾਏ। ਉਸ ਤੋਂ ਬਾਅਦ ਜਿਹੜਾ ਗੋਲਾ ਬਣ ਜਾਏਗਾ ਗੰਧਕ ਦਾ ਅਤੇ ਤਾਂਬੇ ਵਾਲਾ, ਉਹਨੂੰ ਅਸੀਂ 1 ਕੁੱਜੇ ਵਿੱਚ ਪਾ ਕੇ, ਜਿਹੜੇ ਦੋਸਤ ਜਾਣਦੇ ਹੋਣ ਉਹਨੂੰ ਕੱਪੜ ਮਿੱਟੀ ਕਰਕੇ ਅਤੇ ਉਹਦੇ ਵਿੱਚ ਪਾ ਕੇ ਅਤੇ ਢੱਕਣ ਲਾ ਕੇ ਅਤੇ ਉੱਤੋਂ ਵੀ ਕੱਪੜ ਮਿੱਟੀ ਕਰ ਦੇਣੀ ਹੈ। ਉਸ ਤੋਂ ਬਾਅਦ ਆਪਾਂ 1 ਖੱਡਾ ਪੱਟਣਾ, ਖੱਡਾ ਐਸੀ ਜਗ੍ਹਾ ਪੱਟਣਾ ਜਿੱਥੇ ਹਵਾ ਘੱਟ ਲੱਗਦੀ ਹੋਵੇ ਅਤੇ ਖੱਡਾ ਡੂੰਘਾ ਹੋਵੇ ਜਿਹਦੇ ਵਿੱਚ 1 ਮਣ ਤੱਕ ਜਾਂ 35-40 ਕਿਲੋ ਗੋਹੇ ਆ ਜਾਣ। ਫਿਰ ਅਸੀਂ ਕੰਨਾਂ ਥੱਲੇ ਗੋਹੇ ਵਿਛਾ ਕੇ, ਕੋਈ ਫੁੱਟ ਕੁ ਗੋਹੇ ਥੱਲੇ ਹੋ ਜਾਣ, ਉਹਦੇ ਉੱਤੇ 1 ਕੁੱਜਾ ਰੱਖ ਕੇ ਅਤੇ ਉੱਪਰ ਦੂਜੇ ਗੋਹੇ ਪਾ ਕੇ 35-40 ਕਿਲੋ ਗੋਹੇ ਲੱਗ ਜਾਂਦੇ ਨੇ। ਉਹਨਾਂ ਗੋਹੇ ਨੂੰ ਤੋੜ ਲੈਣਾ, ਫਿਰ ਵੀਰੋ ਉਹਨੂੰ ਅੱਗ ਦੇ ਦੇਣੀ। ਅੱਗ ਦੇ ਕੇ ਅਤੇ ਸਾਰੀ ਰਾਤ ਦਿਨ ਤੱਕ ਬਲੇਗੀ ਅਤੇ ਉਸ ਤੋਂ ਬਾਅਦ ਜਦੋਂ ਠੰਡੀ ਹੋ ਜਾਏ 3-4 ਦਿਨ ਉਹਦੇ ਵਿੱਚੋਂ ਆਰਾਮ ਨਾਲ ਘੜੀ ਨੂੰ ਕੱਢ ਕੇ ਅਤੇ ਵਿੱਚੋਂ ਫਿਰ ਤੁਸੀਂ ਉਹ ਜਦੋਂ ਕੱਢੂਗੇ ਤਾਂ ਉਹ ਭਸਮ ਬਿਲਕੁਲ ਇੰਨੀ ਮੁਲਾਇਮ ਫਸਟ ਕਲਾਸ ਬਣੇਗੀ। ਫਿਰ ਇੰਝ ਉਹ ਭਸਮ ਨੂੰ ਆਪਣੇ ਕੋਲ ਰੱਖ ਲੈਣਾ। ਅਤੇ ਅਸੀਂ ਪਹਿਲਾਂ ਵੀ 1 ਭਸਮ ਸਾਡੇ ਕੋਲ ਪਈ ਹੈ, ਉਹ ਮੈਂ ਤੁਹਾਨੂੰ ਵਿਖਾਉਣਾ ਜ਼ਰੂਰੀ ਸਮਝਾਂਗਾ। ਇਹ ਆਹ ਭਸਮੇ ਇੰਝ ਭਸਮ ਬਣਦੀ ਹੈ ਦੋਸਤੋ। ਇਹ ਭਸਮ ਥੋੜ੍ਹੀ ਜਿਹੀ ਕਲੈਂਡ ਦੇ ਵਿੱਚ ਅਤੇ ਇਹ ਜਿਹੜੀ ਭਸਮ ਹੈ ਇਹ ਸਿਰਫ ਰੁਪਈਏ ਦੀ ਨਹੀਂ ਹੈਗੀ, ਹੈਗੀ ਤਾਂਬੇ ਦੀ ਹੈ, ਪਰ ਇਹ ਜਿਹੜੀ ਭਸਮ ਹੈ ਇਹ ਹੈਗੀ ਢੂਏ ਪੈਸੇ ਦੀ। ਢਊਆ ਪੈਸਾ ਸੀ ਜਿਹੜਾ ਉਹ ਉਹਨੂੰ ਡਬਲੀ ਪੈਸਾ ਵੀ ਕਹਿੰਦੇ ਸੀ। ਉਹ ਤਾਂਬਾ ਜਿਹੜੇ ਪੁਰਾਣੇ ਵਿਆਹ ਦੀ ਉਹ ਜ਼ਿਆਦਾਤਰ ਨਾ ਉਹੀ ਡਬਲੀ ਪੈਸਾ ਵੀ ਕਹਿੰਦੇ ਸੀ ਪੰਜਾਬੀ 'ਚ।
ਢਊਆ ਪੈਸਾ ਵੀ ਕਹਿੰਦੇ ਆ, ਉਹ ਪੈਸਾ ਹੀ ਲੈਂਦੇ ਸੀ ਸਾਡੇ ਬਜ਼ੁਰਗ ਜਿਹੜੇ ਦੇਖੇ ਸੀ, ਉਹ ਤਾਂ ਉਹੀ ਪੈਸੇ ਨੂੰ ਹੀ ਮਾਰਦੇ ਸੀ। ਹੁਣ ਉਹ ਪੈਸੇ ਮਿਲਦੇ ਨਹੀਂ ਹੈਗੇ, ਇਹ ਵੀ ਸਾਡੇ ਬਜ਼ੁਰਗਾਂ ਤੋਂ ਬਣੀ ਹੋਈ ਭਸਮ ਹੈ ਜਿਹੜੀ ਅੱਜ ਤੱਕ ਸਾਡੇ ਖਤਮ ਨਹੀਂ ਹੋਈ। ਸੋ ਦੋਸਤੋ ਕੀ ਕਰਨਾ, ਹੁਣ ਅਸੀਂ ਇਹ ਪੁਰਾਣੇ ਪੈਸੇ ਲੈ ਲੈਣੇ ਉਸੇ ਜ਼ਮਾਨੇ ਦੇ, ਅਤੇ ਉਹਨਾਂ ਨੂੰ ਇੰਝ ਸ਼ੁੱਧ ਕਰਕੇ ਅਤੇ ਫਿਰ ਇੰਝ ਰਗੜਾਈ ਕਰਕੇ, ਅਤੇ ਜਿਹੜਾ ਮੈਂ ਤੁਹਾਨੂੰ ਤਰੀਕਾ ਦੱਸਿਆ ਉਂਝ ਭਸਮ ਬਣਾਈ ਦੀ। ਹੁਣ ਰਹਿ ਗਈ ਭਾਅ ਜੀ ਇਸ ਭਸਮ ਦੀ ਕਾਬਲੀਅਤ, ਇਸ ਦੀ ਕਾਬਲੀਅਤ ਇਹ ਹੈ ਵੀ ਇੱਕ ਬੰਦਾ ਜਿਹੜਾ ਖੜੋ ਨਹੀਂ ਸਕਦਾ, ਉਹਦੇ ਸਰੀਰ ਦੇ ਵਿੱਚ ਇੰਨੀ ਕਮਜ਼ੋਰੀ ਆ ਚੁੱਕੀ ਹੈ ਵੀ ਕੋਈ ਦਵਾਈ ਨਾਲ ਉਹਨੂੰ ਲੱਗਦੀ ਨਹੀਂ, ਕਿਉਂਕਿ ਜਦੋਂ ਸਰੀਰ ਵਡੇਰਾ ਹੋ ਜਾਵੇ ਉਦੋਂ ਉਹਨੂੰ ਜਿਹੜੀਆਂ ਆਮ ਖੁਰਾਕਾਂ ਅੱਜ ਇੰਨੀ ਜ਼ੋਰ ਦੀ ਲੱਗਦੀਆਂ ਉਦੋਂ ਉਹਨੂੰ ਅਸਰ ਕੋਈ ਨਹੀਂ ਕਰਦੀਆਂ। ਉਸ ਬੰਦੇ ਵਾਸਤੇ ਜਿਹਦੇ ਸਰੀਰ ਦਾ ਸਾਰਾ ਸਿਸਟਮ ਡਾਊਨ ਹੋਇਆ ਪਿਆ, ਉਹਨੂੰ ਅਸੀਂ ਜਾਂ ਤੁਸੀਂ ਵੀ ਇਹ ਇੰਨੀ ਕੁ ਦਵਾਈ, ਯਾਨੀ ਕਿ ਆਹ ਦੇਖੋ ਇੰਨੀ ਕੁ ਦਵਾਈ, ਆ ਚੌਲਾਂ ਦੇ ਅੱਧੇ ਦਾਣੇ ਜਿੰਨੀ ਦਵਾਈ ਖਵਾਉਣੀ ਸ਼ੁਰੂ ਕਰੋ। ਇਹ ਦਵਾਈ ਉਹਨਾਂ ਨੂੰ ਇਹ ਤਾਂਬਾ ਭਸਮ ਇੰਝ ਲੱਗਦੀ ਆ ਵੀ ਜਿੱਦਾਂ ਬੰਦੇ ਦੇ ਵਿੱਚ ਇੱਕ ਖਾਲੀ, ਤੁਸੀਂ ਇੰਝ ਲਾ ਲਓ ਵੀ ਜਿੱਦਾਂ ਇੱਕ ਬੰਦੇ ਨੂੰ ਇਹ ਦਵਾਈ ਖਵਾ ਦੀ, ਉੱਧਰੋਂ ਜਿੱਦਾਂ ਬਟਨ ਇੱਕ ਬਲਬ ਦੇ ਪਿੱਛੋਂ ਬਟਨ ਦੱਬੀਏ ਤਾਂ ਬਲਬ ਇੱਕਦਮ ਜਗ ਪੈਂਦਾ ਨਾ, ਉੱਦਾਂ ਇਹ ਕੰਮ ਕਰਦੀ ਆ। ਮਿਸਾਲ ਤਾਂ ਮੈਂ ਇੰਝ ਹੀ ਯਾਦ ਆਈ ਜਿੱਦਾਂ ਦੇਣ ਦੀ ਮੈਂ ਦੇ ਛੱਡੀ ਜੇ, ਅਤੇ ਤੁਸੀਂ ਵੀਰ ਸਮਝਦਾਰ ਹੋ ਵੀ ਕੀ ਕਹਿਣਾ ਚਾਹੁੰਦਾ। ਇਹ ਇੱਦਾਂ ਅਸਰ ਕਰਦੀ ਹੈ ਇਹਨੂੰ ਕੁਛ ਦਿਨ ਖਵਾਉਣ ਦੇ ਨਾਲ, ਇੰਝ ਹੁੰਦਾ ਵੀਰੋ ਵੀ ਆਦਮੀ ਦਿਨ ਸੋ ਦਿਨ ਘੋੜੇ ਵਾਂਗੂ ਜਵਾਨ ਹੁੰਦਾ ਜਾਂਦਾ। 80 ਸਾਲ ਦਾ ਬੰਦਾ ਵੀ ਅਗਰ ਇਹ ਦਵਾਈ ਆਪਾਂ ਕੁਸਤਾ ਭਸਮ ਤਰੀਕੇ ਦੇ ਨਾਲ 80 ਸਾਲ ਦੇ ਬੰਦੇ ਨੂੰ ਵੀ ਖਵਾਉਣ ਲੱਗ ਜਾਈਏ ਤਾਂ ਉਹ ਵੀ ਬੰਦਾ ਕੁਝ ਸਮੇਂ ਬਾਅਦ ਇੰਝ ਕਹੇਗਾ ਵੀ ਮੈਂ ਤਾਂ 2-3 ਜਨਾਨੀਆਂ ਨਾਲ ਵਿਆਹ ਕਰਾ ਸਕਦਾ। ਇਹ ਮੈਂ ਮਿਸਾਲ ਸਿਰਫ ਉੱਧਰ ਦਾ ਇਸ਼ਾਰਾ ਕੀਤਾ ਵੀ ਜਿਹੜੇ ਭਰਾ ਮਰਦਾਨਾ ਤਾਕਤ ਵਾਸਤੇ ਕੁਛ ਨਾ ਕੁਛ ਲੱਭੀ ਜਾਂਦੇ ਆ ਅਤੇ ਠੱਗੀ ਜਾਂਦੇ ਆ। ਸੋ ਵੀਰੋ ਇਹ ਬੜੀ ਵਧੀਆ ਚੀਜ਼ ਹੈ, ਮੈਂ ਲਾਈਵ ਬਣਾਵਾਂਗਾ ਅਤੇ ਤੁਹਾਨੂੰ ਵਿਖਾਵਾਂਗਾ ਵੀ। ਅਤੇ ਦੋਸਤੋ ਮੇਰਾ ਮਤਲਬ ਤਾਂ ਇਹ ਨਹੀਂ ਹੈਗਾ ਵੀ ਮੈਂ ਆਹ ਕੁਸਤਾ ਭਸਮ ਇੰਝ ਬਣਾਉਂਦਾ ਅਤੇ ਤੁਸੀਂ ਮੇਰੇ ਕੋਲ ਆਣ ਕੇ ਖਰੀਦੋ। ਅਸੀਂ ਇਸ ਵਾਸਤੇ ਵੀਡੀਓ, ਅਸੀਂ ਤਾਂ ਵੀਡੀਓ ਬਣਾਉਂਦੇ ਹਾਂ ਯਾਰ ਦੋਸਤਾਂ ਦੇ ਭਰਾਵਾਂ ਵਾਸਤੇ ਨੂੰ ਤੰਦਰੁਸਤੀ ਵਾਸਤੇ, ਕਿਉਂਕਿ ਕਈਆਂ ਨੂੰ ਜਿਹਨੇ ਮੇਰੇ ਭਰਾ ਨੂੰ ਸ਼ੌਂਕ ਹੋਵੇ ਜਾਂ ਕੋ ਥੋੜ੍ਹਾ ਬਹੁਤਾ ਇਲਮ ਹੋਵੇ ਉਹ ਇਸ ਹਿਸਾਬ ਨਾਲ ਜੇ ਦਵਾਈ ਬਣਾਏਗਾ। ਅਤੇ ਦੋਸਤੋ ਮੈਂ ਤੁਹਾਨੂੰ ਪੂਰੇ ਇਮਾਨਦਾਰੀ ਨਾਲ ਇਹ ਕਹਿੰਦਾ ਵੀ ਇਹ ਨਾ ਮਰਦ ਬੰਦੇ ਨੂੰ ਤਾਂ ਇੰਝ ਕੰਮ ਕਰੇਗੀ ਵੀ ਜਿੱਦਾਂ ਉਹਦਾ ਨਾ ਹੱਥ ਨੰਗੀਆਂ ਬਿਜਲੀਆਂ ਦੀਆਂ ਤਾਰਾਂ ਨੂੰ ਲਾ ਛੱਡਿਆ ਹੋਇਆ, ਜਿੱਦਾਂ ਬਿਜਲੀ ਦੀ ਤਾਰ ਨੰਗੀ ਹੋਵੇ ਉਹਦੇ 'ਚ ਕਰੰਟ ਹੋਵੇ ਤਾਂ ਉਹਨੂੰ ਹੱਥ ਲਾ ਦੇ ਨਾ ਬੰਦਾ ਜਿੱਦਾਂ ਇੱਕਦਮ ਮਾਰਦੀ ਆ ਬੰਬ ਵਾਂਗੂ, ਇੰਝ ਸਰੀਰ 'ਚ ਕਰੰਟ ਲਿਆਉਣਾ ਸ਼ੁਰੂ ਕਰ ਦਿੰਦੀ ਹੈ। ਸੋ ਦੋਸਤੋ ਤੁਸੀਂ ਬਣਾਓ, ਅਗਰ ਤੁਹਾਨੂੰ ਕੁਛ ਤਜਰਬਾ ਤਾਂ ਤੁਸੀਂ ਹੁਣ ਵੀ ਬਣਾ ਸਕਦੇ ਹੋ, ਨਹੀਂ ਤਾਂ ਦੋਸਤੋ ਮੈਂ ਹੁਣ ਇਹ ਵੀਡੀਓ ਆ ਹੀ ਆ ਤਾਂਬਾ ਜਿਹੜਾ ਬਣਾਇਆ ਹੈ ਇਹ ਅਸੀਂ ਹੁਣ ਬਣਾਉਣਾ ਹੈ, ਅਤੇ ਇਹ ਬਣਾ ਕੇ ਮੈਂ ਤੁਹਾਨੂੰ ਲਾਈਵ ਵੀ ਦਿਖਾਊਂਗਾ, ਭਸਮ ਦਾ ਰੰਗ ਵੀ ਦਿਖਾਊਂਗਾ ਅਤੇ ਉਹਦੇ ਗੁਣ ਹੋਰ ਵੀ ਦੱਸੂੰਗਾ। ਜਿਹੜੇ ਵੀਰ ਸਾਰਾ ਦਿਨ ਕੰਮ ਐਸੇ ਉਹਨਾਂ ਦੇ ਦੁਕਾਨਦਾਰੀਆਂ ਦੇ ਨੇ ਸਾਰਾ ਦਿਨ ਢੋਅ ਨਾਲ ਲਾ ਕੇ ਬੈਠੇ ਰਹਿੰਦੇ ਨੇ ਅਤੇ ਜਾਂ ਸਾਰਾ ਦਿਨ ਕਾਊਂਟਰਾਂ ਦੇ ਸਾਹਮਣੇ ਖਲੋਤੇ ਰਹਿੰਦੇ ਨੇ, ਉਹਨਾਂ ਦੀਆਂ ਲੱਤਾਂ ਦੇ ਵਿੱਚ ਜਾਨ ਹੀ ਨਹੀਂ ਰਹਿੰਦੀ। ਉਹ ਇੰਨੇ ਆਉਂਦੇ ਨੇ ਕਹਿੰਦੇ ਸਾਨੂੰ ਤਾਂ ਕੋਈ ਦਵਾਈ ਅਸਰੀ ਨਹੀਂ ਕੀਤੀ, ਕਦੀ ਕੁਛ ਖਾਂਦੇ ਨੇ ਕਦੀ ਕੁਛ ਖਾਂਦੇ ਨੇ। ਦੋਸਤੋ ਜਦੋਂ ਇਹਨੂੰ ਖਾ ਲੈਣਗੇ ਨਾ ਤਾਂ ਉਹ ਭਾਵੇਂ ਸਾਰਾ ਦਿਨ ਇੱਕ ਲੱਤ 'ਤੇ ਖੜੋਤੇ ਰਹਿਣ, ਜੇ ਉਹਨਾਂ ਨੂੰ ਕਮਜ਼ੋਰੀ ਆ ਜਾਵੇ, ਦਰਦ ਹੋਵੇ, ਨਸਾਂ 'ਚ ਕੁਛ ਹੋ ਜਾਵੇ। ਦੋਸਤੋ ਇਹ ਬਹੁਤ ਵਧੀਆ ਦਵਾਈ ਹੈ ਅਤੇ ਇੰਝ ਖਾਇਓ। ਅਤੇ ਹੋਰ ਵੀ ਕੁਸਤੇ ਭਸਮਾਂ ਮੈਂ ਜਿੰਨੀਆਂ ਵੀ ਆਪਾਂ ਨੂੰ ਸਰੀਰ ਵਾਸਤੇ ਚਾਹੀਦੀਆਂ, ਕਿਉਂਕਿ ਹੁਣ ਜੜੀ ਬੂਟੀਆਂ ਖਾ ਖਾ ਕੇ ਥੱਕ ਚੁੱਕੇ ਨੇ ਜਿਹੜੇ, ਉਸ ਤੋਂ ਬਾਅਦ ਕੁਸਤੇ ਭਸਮਾਂ ਲੈਂਦੇ, ਪਰ ਕੁਸਤਾ ਭਸਮ ਵੀ ਐਸਾ ਹੋਣਾ ਚਾਹੀਦਾ ਵੀ ਜਿਹੜਾ ਸਰੀਰ 'ਚ ਕਰੰਟ ਲਿਆਵੇ ਅਤੇ ਉਹ ਫਾਰਮੈਲਿਟੀ ਪੂਰੀ ਨਾ ਕਰੇ। ਇੱਕ ਵਾਰੀ ਬੰਦੇ ਨੇ ਜਦੋਂ ਖਾ ਲਿਆ ਤਾਂ ਉਹਨੂੰ ਜ਼ਿੰਦਗੀ ਭਰ ਸਾਥ ਦੇਵੇ, ਉਹਨੂੰ ਹੀ ਕੁਸਤੇ ਭਸਮ ਕਹਿੰਦੇ ਨੇ। ਦੋਸਤੋ ਜਿਹੜੀ ਇਹ ਦਵਾਈਆਂ ਹੁੰਦੀਆਂ ਕੁਸਤੇ ਭਸਮਾਂ ਦੀਆਂ, ਇੱਕ ਵਾਰੀ ਖਾ ਲਿਆ ਆਦਮੀ ਉਸ ਤੋਂ ਬਾਅਦ ਜ਼ਿੰਦਗੀ ਭਰ ਉਹਦੇ ਨਾਲ ਤਾਕਤ ਤੁਰੀ ਰਹਿੰਦੀ ਹੈ, ਬੰਦਾ ਖਤਮ ਹੋ ਜਾਂਦਾ, ਤਾਕਤ ਉਹਦੇ ਬੰਦੇ ਦੇ ਨਾਲ ਹੀ ਖਤਮ ਹੁੰਦੀ ਹੈ।
ਸੋ ਦੋਸਤੋ, ਵਧੀਆ ਤੋਂ ਵਧੀਆ ਵੀਡੀਓ ਵੇਖਣ ਵਾਸਤੇ ਆਪਣੇ ਭਰਾ ਗੁਰਮੀਤ ਸਿੰਘ ਨੂੰ ਯਾਦ ਰੱਖੋ, ਅਤੇ ਮੇਰੀ ਵੀਡੀਓ ਵੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਬੈੱਲ ਦੀ ਵਾਲੀ ਘੰਟੀ ਹੈ ਜਿਹੜੀ, ਉਹਦੇ 'ਤੇ ਵੀ ਕਲਿੱਕ ਕਰ ਦਿਉ, ਤਾਂ ਕਿ ਜਿਹੜੀ ਮੈਂ ਵੀਡੀਓ ਪਾਵਾਂ ਤੁਹਾਡੇ ਕੋਲ ਛੇਤੀ ਤੋਂ ਛੇਤੀ ਪਹੁੰਚੇ, ਤੁਸੀਂ ਵੇਖੋ। ਅਤੇ ਦੋਸਤੋ, ਹੁਣ ਮੈਂ ਅਗਲੀ ਵੀਡੀਓ ਵਾਸਤੇ ਤੁਹਾਡੇ ਕੋਲ ਇਜਾਜ਼ਤ ਮੰਗਾਂਗਾ। ਸਤਿ ਸ਼੍ਰੀ ਅਕਾਲ।